ਇਸ ਤੋਂ ਪਹਿਲਾਂ ਵੀ ਤੁਸੀਂ ਮਹਿਫਲਾਂ ਸੁਣੀਆਂ, ਅੱਜ ਵੀ ਤੁਸਾਂ ਇਹ ਮਹਿਫਲ ਸੁਣ ਸੋ, ਤੁਸਾਂ ਖਾਮੋਸ਼ੀ ਨਾਲ ਸੁਣ ਸੋ। ਸੁਣਾਉਣ ਵਾਲਿਆਂ ਕਿ ਲੁਕ ਹੈ ਸੀ, ਉਹ ਤੁਸੀਂ ਸੁਣਨ ਦਾ ਮਜ਼ਾ ਵੀ ਹੈ ਸੀ। ਇਹਨਾਂ ਨੇ ਆਉਣ ਤੋਂ ਪਹਿਲਾਂ ਖਸੂਸਾਂ ਜਿਹੜਾ ਇਹ ਐਲਾਨ ਆ ਕਿ ਕਾਬਲੇ ਕਰਾਉਣ ਸਾਜੇ ਕਰਾਉਣ ਜਨਾਬ ਸਾਡੇ ਬੜੇ ਭਾਈ ਚੇਅਰਮੈਨ ਨਮਦਾਰ ਕਬੀਰ ਖੋਖਰ ਸਾਹਿਬ ਦੀ ਤਰਫੋਂ ਔਰ ਸਾਡੇ ਬੜੇ ਭਾਈ ਸਾਬਕਾ ਵਾਈਸ ਚੇਅਰਮੈਨ ਨਮਦਾਰ ਰਾਸ਼ਿਦ ਕਿਆਨੀ ਸਾਹਿਬ, ਇਹਨਾਂ ਦੀ ਤਰਫੋਂ ਖਸੂਸੀ ਇਹ ਐਲਾਨ ਆ ਕਿ ਬਰਾਏ ਮਿਹਰਬਾਨੀ ਤੁਸੀਂ ਇਹ ਸਾਰਾ ਪ੍ਰੋਗਰਾਮ ਖੁਸ਼ੀ ਨਾਲ ਲਾਇਓ, ਖਾਮੋਸ਼ੀ ਨਾਲ ਸੁਣ ਸੋ। ਕੋਈ ਬੰਦਾ ਕਿਸੇ ਕਿਸਮ ਦੀ ਖੁੱਲ੍ਹਣ ਅੰਦਾਜ਼ੀ ਨਾ ਦੱਸੀ, ਜਿਹੜਾ ਦੱਸੀ ਉਹ ਖੁਦ ਜ਼ਿੰਮੇਵਾਰ ਹੋ ਸੀ ਕਿ ਕਿਸੇ ਫਕੀਰ ਦੀ ਲਿਖੀ ਹੋਈ ਗੱਲ ਕਿ ਖਾਲਕਾ ਮਾਲਕਾ ਰਾਜ਼ਕਾ ਦਸਤਗੀਰਾ, ਖਾਲਕਾ ਮਾਲਕਾ ਰਾਜ਼ਕਾ ਦਸਤਗੀਰਾ, ਤੇਰਾ ਨਾਮ ਕੋਈ ਨੀ ਤੇ ਲੁਕੀ ਆਖਾਂ, ਪੁੱਤਰ ਧੀ ਨਾ ਭੈਣ ਭਰਾ ਤੇਰਾ, ਬਾਪ ਮਾਂ ਕੋਈ ਨੀ ਤੇ ਲੁਕੀ ਆਖਾਂ। ਪਾਕ ਜ਼ਾਤ ਸਿਫਾਤ ਦੀ ਕਹਿਤੀ ਤੂੰ, ਜਿਸਮੋ ਜਾਨ ਕੋਈ ਨੀ ਤੇ ਲੁਕੀ ਆਖਾਂ, ਵਰਤ ਤੂੰ ਮੋਹੀ ਤਰ ਸ਼ਹਿ ਉੱਤੇ, ਤੇਰੀ ਥਾਂ ਕੋਈ ਨੀ ਤੇ ਲੁਕੀ ਆਖਾਂ। ਜਨਾਬ ਸੁਖ ਸਿੰਘ ਪਰ ਉਤਸਵ ਪ੍ਰਕਾਰ ਮੈਂ ਸ਼ੇਰ ਨਾ ਆਪਣੇ ਜਮਾਨੇ ਕਿ ਉਹ ਇਨਸਾਨ ਇਨਸਾਨ ਕੀ ਏ ਜਿਸ ਨੂੰ ਖਬਰ ਮੁਹੰਮਦ ਦੇ ਸ਼ਾਨ ਦੀ ਨਹੀਂ, ਲੋਲਾਕ ਉਲਮਾ ਅਰਸ਼ਾਦ ਹੋ ਜਾ ਤੈਨੂੰ ਵਾਕਫੀ ਅਜੇ ਕੁਰਾਨ ਦੀ ਨਹੀਂ, ਤੋਰੈਤ ਜ਼ੰਬੂਰ ਜ਼ੰਜੀਰ ਅੰਦਰ ਲਿਖੀ ਸਿਰਫ ਅਰਬੀ ਸੁਲਤਾਨ ਦੀ ਨਹੀਂ, ਬਲਗਲ ਉਲਾ ਸਹਿਤ ਦਾ ਇਥੇ ਲੋੜ ਕੋਈ ਮੇਰੇ ਬਿਆਨ ਦੀ ਨਹੀਂ। ਮੈਂ ਉਹਨੂੰ ਜਨਾਬ ਖਿਤਾਏ ਪਟਵਾਰ ਨੇ ਮੈਂ ਨਾਜ਼ਰ ਹੋਣ ਔਰ ਮਹਿਮਾਨ ਸ਼ਰਮਾਨ ਜਨਾਬ ਰਾਜਾ ਰਿਜ਼ਵਾਨ ਸਾਹਿਬ ਜੀ ਨੂੰ ਤਲਕ ਇਲਾਕਾ ਕਲਮ ਸਹਿਦਾ ਨਾਲ ਉਹਨਾਂ ਦੇ ਔਰ ਉਹਨਾਂ ਦੇ ਨਾਲ ਮੇਜ਼ਬਾਨ ਸ਼ਰਮਾਨ ਜਨਾਬ ਅਜ਼ਹਰ ਮੁਗਲ ਸਾਹਿਬ, ਇਹਨਾਂ ਦੇ ਗੁਜ਼ਾਰਿਸ਼ ਦੱਸਾਂ ਕਿ ਬਰਾਏ ਮਿਹਰਬਾਨੀ ਸਟੇਜ ਤੇ ਆਉਣ। ਜਨਾਬ ਰਾਜਾ ਰਿਜ਼ਵਾਨ ਸਾਹਿਬ ਔਰ ਅਜ਼ਹਰ ਮੁਗਲ ਸਾਹਿਬ, ਉਸਮਾਨ ਭਾਈ ਬੜੇ ਅੱਛੇ ਅੰਦਾਜ਼ ਨਾਲ ਅੱਜ ਇੱਕ ਨਕਾਬਤ ਨਾਲ ਰੰਗ ਪੇਸ਼ ਕੀਤਾ। ਅੱਲਾਹ ਪਾਕ ਆਪਣੇ ਹਬੀਬ ਨੇ ਸਦਕਾ ਇਹਨਾਂ ਨੇ ਇਲਮ ਵਿੱਚ ਹੋਰ ਅਲਾਫਾ ਤਾ ਫਰਮਾਨ। ਮੇਰੇ ਦੋਸਤੋ ਬਜ਼ੁਰਗੋ, ਸਾਡੇ ਇਲਾਕੇ ਦੀ ਇਹ ਪਹਿਚਾਣ ਹੀ ਨਕਾਬਤ ਦੇ ਸਿਲਸਿਲੇ। ਇਸ ਤੋਂ ਕਬਲ ਤੁਸੀਂ ਬਾਖੂਬੀ ਵਾਕਫ ਹੋ ਕਿ ਇਹਨਾਂ ਦਾ ਜਿਹੜਾ ਲਕਬ ਸਾ ਪਠਵਾਰ ਫਕਰੇ ਪਠਵਾਰ ਲਗਾ ਹੋ, ਅੱਜ ਜਿਹੜੀ ਇਹਨਾਂ ਮਹਿਫਲ ਸੁਣਾਈ ਨਾ ਹਜ਼ਰਤ ਬਾਬਾ ਸਾਹਿਬ ਗਰੀ ਸਰਕਾਰ ਨੇ ਸਦਕਾ
ਤਕਰੀਬਨ ਸਾਰੇ ਬੜੇ ਦਾ ਫੈਸਲਾ ਕੀਤਾ ਕਿ ਪਠਵਾਰ ਇੱਕ ਆਪਣਾ ਮੁਕਾਮ, ਇਸ ਦੇ ਨਾਲ ਅੱਜ ਵੀ ਇਹਨੇ ਜਿਹੜਾ ਤਖੱਲਸ ਔਰ ਲਕਬ ਨਾਲ ਮਿਲਿਆ ਸ਼ਹਿਨਸ਼ਾਹ ਲਕਬ ਜਨਾਬ ਉਸਮਾਨ ਗਨੀ ਸਾਹਿਬ, ਇਹਨਾਂ ਦੀ ਖਸੂਸਤ ਜਿਹੜਾ ਤਾੜੀਆਂ ਹੋਣੀਆਂ ਚਾਹੀਦੀਆਂ। ਮਿਹਰਬਾਨੀ, ਨਾਰਾਇ ਤਕਬੀਰ। ਇਤਨੇ ਸਰਦਾਰ ਦੇ ਦੀਵਾਨੇ ਬੈਠੇ ਭੈਣ ਸਿਰ ਪਿੜ ਨਾ ਜੁੜੇ। ਨਾਰਾਇ ਤਕਬੀਰ, ਨਾਰਾਇ ਰਸਾਲ, ਨਾਰਾਇ ਰਸਾਲ। ਪੰਜ ਮੇਰੀ ਤਰਫੋਂ ਔਰ ਮੇਰੇ ਇਹਨਾਂ ਸਾਥੀਆਂ ਤਰਫੋਂ ਸਾਰੇ ਦੋਸਤਾਂ ਪੁਰਾਣੀ ਖਿਦਮਤ ਵਿੱਚ ਅਸਲਾਮ ਅਲੈਕੁਮ ਰਹਿਮਤੁਲਾਹਿ ਵਰਕਾਤਹੁ ਵਾਲਿਸਲਾਮ। ਅੱਜ ਦੇ ਘੰਟੇ ਬਾਅਦ ਇੱਕ ਵਲੀ ਦੀ ਤਾਰੀ ਟੁੱਟੀ, ਉਸ ਮੁਬਾਰਕ ਸਾਈਂ ਬੇਰੀ ਸਰਕਾਰ ਇਸ ਹਿੱਸੇ ਵਿੱਚ ਮਹਿਫੂਲ ਨਗਰ ਦਈ, ਜਿਸ ਦੇ ਵਿੱਚ ਅਸਾਂ ਔਰ ਦੋਸਤਾਂ ਇੱਥੇ ਸਰਕਾਰ ਨੇ ਡਿਊਟੀ ਦੀਆਂ ਮੈਂ ਹਾਜ਼ਰ ਹੋਇਆ। ਅੱਗੇ ਵੀ ਮਹਿਫਲ ਆਈ ਔਰ ਹੁਣ ਵੀ ਮਹਿਫਲ ਹੋਣੀ ਪਈ। ਅੱਲਾਹ ਤਾਲਾ ਜਿੰਨੀਆਂ ਮਹਿਫਲਾਂ ਆਪਣੀ ਬਰਗਾਹ ਵਿੱਚ ਕਬੂਲ ਅਤਾ ਫਰਮਾਉਣ, ਕਿਉਂਕਿ ਬਲੀ ਦੀ ਦਾਦਰੀ ਡਿਊਟੀ ਹੈ। ਇਨਸ਼ਾਅੱਲਾ ਕੋਸ਼ਿਸ਼ ਦੱਸਾਂ ਜਿਸ ਤਰ੍ਹਾਂ ਦੋਸਤਾਂ ਯਾਰ ਕੀਤਾ ਅੱਛੇ ਅੰਦਾਜ਼ ਨਾਲ ਦੋਸਤਾਂ ਦੋਸਤਾਂ ਵੀ ਮਹਿਸੂਸ ਕਰੀਏ। ਅੱਜ ਦੀ ਮਹਿਫਲ ਨੇ ਜ਼ੇਰੇ ਸਰਪ੍ਰਸਤੀ ਹਾਜੀ ਨਮਾਦਾਰ ਜਮੀਲ ਖੋਬਰ ਸਾਹਿਬ ਔਰ ਸੁਮਸਾਮ ਅਲੀ ਖੋਬਰ ਸਾਹਿਬ ਔਰ ਗਲੀ ਨਸ਼ੀਰ ਸਬਜ਼ਾਦਾ ਸੁਨਾਨ ਅਲੀ ਖੋਬਰ ਸਾਹਿਬ ਔਰ ਜਨਾਬ ਨਵਾਦਾਰ ਬਰਗਾਮ ਅਲੀ ਖੋਬਰ ਔਰ ਮਲਕ ਰਬ ਰਵਾ ਸਾਹਿਬ ਔਰ ਖੁਸ਼ੀ ਅਮਰ ਜਨਾਬ ਸਰ ਵਜਾ ਭਾਈ ਨਵਾਦਾਰ ਰਾਸ਼ਿਦ ਕਿਆਨੀ ਆਫਰਿਆਰਾ ਰਾਜਾ ਰਾਸ਼ਿਦ ਕਿਆਨੀ ਆਫਪੁਰੀ ਸ਼ਹਿਰ ਔਰ ਮਜ਼ਰ ਕਿਆਨੀ ਮਾਮੂ ਅਨੀਲ ਬੱਟੀ ਸਾਹਿਬ ਔਰ ਸੁਸਿਚਾ ਜਨਾਬ ਸਾਹਿਬ ਭਾਈ ਮਲਕ ਹਕ ਨਵਾਜ਼ ਸਾਹਿਬ ਰਾਜਾ ਇਬਰਾਰ ਮਲਕ ਨਿਕਾਸ਼ਰ ਔਰ ਮੁਹੰਮਦ ਸ਼ਫੀਰ ਖਬਰ ਔਰ ਮਲਕ ਅਫਜ਼ਾ ਸਾਹਿਬ ਔਰ ਅੱਜ ਨਿਗਰਫਲ ਐਕਸਕਲੂਸਿਵ ਸਰ ਸਰ ਭਾਈ ਚੌਧਰੀ ਮੁਹੰਮਦ ਨਵਾਜ਼ ਕੇ ਸਾਥ ਕੌਂਸਲ ਵਜ਼ੀਰ ਜਗਲੋਟ ਚੌਧਰੀ ਅਭਿਆਨ ਨਵਾਜ਼
ਮਲਕ ਅਸਦ ਔਰ ਮਲਕ ਔਰ ਮੁਹੰਮਦ ਫੈਜ਼ਾਨ ਸਾਹਿਬ ਇਹਨਾਂ ਦੋਸਤਾਂ ਵਿੱਚ ਆ ਕੇ ਆਪਣੇ ਮੁਤਾਬਕ ਅਸਾਂ ਹਾਜ਼ਰ ਹੋ ਗਿਆ ਔਰ ਸਾਡੇ ਵੀਰੋ ਮੁਰਸ਼ਦ ਸੈਦ ਤਸੀਰ ਹੁਸੈਨ ਸ਼ਾਹ ਸਰਕਾਰ ਉਹਨਾਂ ਦੇ ਵੀ ਇੱਕ ਸੋ ਸਿੱਖ ਸਨ ਇਸ਼ਾ ਸਾਡੇ ਨਾਲ ਸ਼ਰਮਾਨ ਸਾਥੀ ਔਰ ਸਾਡੀ ਮਦਦ ਵਿੱਚ ਸਾਡੇ ਬੜੇ ਬਜ਼ੁਰਗ ਜਨਾਬ ਜ਼ੁਲਫ਼ਕਾਰ ਸਾਹਿਬ ਤਸ਼ਰੀਫ ਲੈ ਕੇ ਉਹਨਾਂ ਦੇ ਸੋਸ਼ਲ ਸਨ ਮੇਰੇ ਨਾਲ ਸ਼ਰਮਾਨ ਸਾਥੀ ਸਾਡੇ ਮਹਿਮਾਨ ਹੈ ਜਨਾਬ ਰਾਜਾ ਰਿਜ਼ਵਾਨ ਸਾਹਿਬ ਕੱਲ ਸੇਵਾ ਸੋ ਤਸ਼ਰੀਫ ਲੈ ਕਰ ਆਏ ਇਸ਼ਾਰਾ ਤੁਸਾਂ ਕੀ ਅੱਛੀ ਮਹਿਫਲ ਸੁਣਾ ਸਰ ਮੈਂ ਕੋਸ਼ਿਸ਼ ਕਰਨਾ ਕਿਉਂਕਿ ਮੇਰੀ ਕਾਰ ਦੀ ਮਹਿਫਲ ਹੈ ਕਿ ਨਾਲ ਸਾਥ ਦੇ ਕੇ ਤੁਸਾਂ ਦੋਸਤਾਂ ਦੀ ਮਹਿਸੂਸ ਕਰਾਂ ਤੁਸਾਂ ਦੋਸਤਾਂ ਦੇ ਰਿਕੁਐਸਟ ਹੈ ਕਿ ਅਦਬ ਦੀ ਮਹਿਫਲ ਹੈ ਅਦਬ ਨਾਲ ਸੁਣਿਆ ਪਿਛਲਾ ਸਰ ਕੋਸ਼ਿਸ਼ ਦੱਸਾਂ ਤੁਸਾਂ ਦੋਸਤਾਂ ਕੀ ਖੁਸ਼ ਕਰਨਾ ਜੀ ਇਹ ਦਫ਼ਾ ਕਹਿ ਰਹੇ ਨਵੀਂ ਮੈਂ ਕਲਮਾ ਯਾਦ ਕਰੋ ਤਾਂ ਕਿ ਪਾਕ ਧੰਨਵਾਦ ਕਰੇ ਜਿਸਕੇ ਨਾਮ ਰਖਾ ਰਹੇ ਹੈ ਲਾ ਇਲਾਹਾ ਇਲਲਾਹ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਥੋੜੀ ਦੇਰ ਸਾਥ ਔਰ ਸੁਭਾਨ ਅਬਾਦ ਜਿਸਕੇ
Thank you.
ਕਿਉਂਕਿ ਅੱਲਾ ਦੇ ਦੋਸਤ ਰੱਬ ਤੱਕ ਬਣਾਉਣੇ ਅਤੇ ਜਿੰਨੇ ਵੀ ਦੋਸਤ
ਨਮਰਦਾਰ ਰਾਸ਼ਦ ਗਿਆਨੀ ਸਾਹਿਬ ਦਰਿਆੜਾ, ਰਾਸ਼ਦ ਗਿਆਨੀ ਕੁਲੀ ਸ਼ਹਿਰ ਮਜ਼ਰ ਗਿਆਨੀ ਬਾਬਾ ਅਲੀ ਭੱਟੀ ਸਾਹਿਬ, ਔਰ ਜਨਾਬ ਮਲਕ ਜ਼ੁਲਫਕਾਰ ਸਾਹਿਬ ਮਜ਼ਰ ਮਲਕ ਫਾਜ਼ਲ ਸਾਹਿਬ, ਸਾਰੇ ਦੋਸਤ ਇਸ ਨਗਰ ਦੇ ਸ਼ਰੀਫ ਰੱਖਣੇ ਗੁਰਬਾਗ ਸਾਹਿਬ ਨੇ ਆਪ ਕਰਮ ਫਰਮਾਉਣ, ਔਰ ਜਨਾਬ ਸਰ ਕਵੀ ਚੌਧਰੀ ਨਵਾਜ਼ ਸਾਹਿਬ ਹਰ ਮਹਿਫਲ ਦੀ ਰਾਣਾ ਅੱਲਾਹ ਪਾਕ ਸਾਡੇ ਪੂਰੇ ਦਰਾਸ ਫਰਮਾਉਣ, ਉਹਨਾਂ ਨੇ ਹੁਕਮ ਉੱਪਰ ਸੰਪੋਚਿਆ ਇਨ ਸ਼ਾ ਅੱਲਾਹ ਮੀਆਂ ਸਾਹਿਬ ਸਰਕਾਰ ਫਰਮਾਉਣੇ ਕਿ ਮੇਰੇ ਨਾਲੋਂ ਹਰ ਕੋਈ ਬਿਹਤਰ ਮਿਲਿਆ ਨਹੀਂ ਚੱਲਣਾ, ਥੋੜ੍ਹਾ ਬਹੁਤਾ ਸ਼ੇਅਰ ਸੁਣਨ ਦਾ ਵਾਅਦਾ ਕਰਦਾ ਰਹਿਣਾ ਇਨ ਸ਼ਾ ਅੱਲਾਹ। ਮੈਂ ਵੀ ਕੋਸ਼ਿਸ਼ ਕਰਸਾਂ ਕਿ ਅੱਛੇ ਤਰੀਕੇ ਨਾਲ ਸੁਣਦੇ ਮਹਿਸੂਸ ਕਰਾਉਣ, ਮੇਰੇ ਨਾਲ ਜਨਾਬ ਬੜੀ ਅੱਛੀ ਬਾਤ ਸਾਹਿਬ ਹਜ਼ਰ ਮੁਹੰਮਦ ਸਾਹਿਬ ਅੱਲਾਹ ਪਾਕ ਇਸ ਛੋਟੇ ਭਾਈ ਦੀ ਬਹੁਤ ਸਾਰੀ ਇਸ ਤਰ੍ਹਾਂ ਨਵਾਜ਼ਣ, ਅਤੇ ਹੁਣ ਤੁਸਾਂ ਦੀ ਗੋਸ਼ ਗੁਜ਼ਾਰ ਕਰਸਾਂ ਜਨਾਬ ਸੈਯਦ ਸਾਤਵ ਇਮਾਮ ਰਜ਼ਵੀ ਸਾਹਿਬ ਦਾ ਸ਼ੇਰ ਕਿਹਾ ਉਸਨੇ ਦੋ ਮਾਸਾ ਸਿੱਖੀ ਹੈ। Thank you.
حسین شاہ سرکار تشریف رہتے ہیں میں اپنی طرف اور انتظام کا طرف اور بہتان روشن کیا کرتا ہوں اس طرح Thank you.
ਸਾਰੇ ਸਾਰੀਆਂ
ਸੱਚੀ ਹੈ। ਕੁੱਲਾ ਮਾਨਾ ਹਾਰਾ ਤੇ ਜਨਾਬ ਇਤਜਾਈਆ ਰੰਗੇ ਚ ਬਾਬੇ ਨਾਨਕ ਸਾਹਿਬ ਨੇ ਬੜਾ ਪਿਆਰਾ ਕਿਹਾ ਮਤਲਬ ਅੱਛਾ ਸ਼ੇਰ ਪੇਸ਼ ਕੀਤਾ ਕਿਆ
ਸਾਡੇ ਸ੍ਰੀ ਕ੍ਰਿਸ਼ਨ ਆਉਂਦੇ ਹੋਏ ਪਹੁੰਚ ਬੜਾ ਸੂਰਜ ਸੋਹਣੇ ਬੜੀ ਸੰਤੋਖਣਾ ਸੁਣੀ ਆਏ ਤੇਰੀ ਰੂਹ ਰੋਕੇ ਕੋਈ ਨਾ।
ਤੋਂ ਹੋ ਜਾਏ ਕਰ ਸਕਦਾ ਚਿੜੀਆਂ ਨੂੰ ਬਸ ਬਾਸ ਕਰਾਂ ਕਿ ਉਸਨੇ ਬਸ
ਦੇ ਬਾਰੇ ਨਾ ਤੁਹਾਨੂੰ ਨਾ ਤੇ ਸਰਵ ਜਹਾਨ ਦਾ ਜਾਣ ਦਿਆ ਸੋਹਣੇ ਪੈਰਾਂ ਅਜ਼ਮਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਨਿਸ਼ਾਨ ਚੰਦ ਰੋਹਿਆ ਇਸ ਦੋਸਤ ਨੂੰ ਗੋਸ਼ਤ ਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਇਸ ਦੁਨੀਆ ਤੇ ਰਹੂ ਹਜ਼ੂਰ ਹੋਵੇ ਤੇ ਹਰ ਸੂ ਹੋ ਜਾਣਾ ਹੋਣਾ ਸਰਮਾ ਜਾਨ ਨੇ ਬਤਵਾ ਕਿਸਾ ਸੁਨਵਾਨ ਦਾ ਪਿਆਰ ਸਦਾਏ ਕੀ ਜ਼ਿਕਰ ਮੁਸਤਫਾ ਨਾ ਕਰੋ
Oh,
ਖਬਰਦਾਰ ਜ਼ਰਵਾਨ ਦੀ ਕੋਲ ਸਾ ਮਰਦ ਰਵਾਜ ਖਬਰਦਾਰ ਰਸ਼ਿਕਿਆਂ ਦੀ ਰਹਿਣਾ ਰਸ਼ਿਕਿਆਂ ਦੀ ਵਿਸ਼ੇ ਮਰਦਿਆਂ ਮਗੋ ਦੀ ਕੰਦੀ ਪੰਜਾਬ ਪੰਜਾਬ ਅੰਤ ਨਵਾਜ਼ ਸਾ ਰਾਜਾ ਗ੍ਰਾਮ ਸਾ ਮਰਦ ਰਵਾਜ ਸਾ ਚਰੂ ਨਵਾਜ਼ ਸਾ ਚਰੂ ਅਭਿਆਤ ਨਵਾਜ਼ ਸਾ ਕਦੀ ਜੇ ਪਰ ਪਰ ਸਾਧਿਆ ਨੂੰ ਪਾਦੇ ਆਉਣਾ ਸਾਧਿਆ ਨੂੰ ਪਾਦੇ ਆਉਣਾ ਤੇ ਮਰ ਗਏ
Yeah.
Thank you.
महफिल जश्न सजाई है
I'm not afraid.
ਚੰਗਾ ਆਪਣੀ ਮਰਜ਼ੀ ਵਿੱਚ ਮੰਗੋ ਕਿਉਂਕਿ ਸਭੇ ਮਹਿਫਲ ਸਹੀ ਤਸਵੀਰ ਸੰਖਿਆ ਸਾਹਿਬ ਸਿਰਾ ਸੇਵਾ ਦੀ ਤੁਸੀਂ ਫਰਮਾਏ ਉਹਨਾਂ ਦੀ ਮੌਜੂਦਗੀ ਵਿੱਚ ਬੜੀ ਪਿਆਰੀ ਗੱਲ ਤੁਸੀਂ ਗੋਸ਼ ਗੁਜ਼ਾਰ ਕੀਤਾ ਚੌਧਰੀ ਨਵਾਜ਼ ਸਾਹਿਬ ਬਹੁਤ ਗੁੱਸਾ ਵੀ ਤੁਸੀਂ ਪਠਾਨ ਕਸ਼ਮੀਰ ਦਾ ਕੋਈ ਐਸਾ ਸ਼ੇਰ ਨਾ ਨਹੀਂ ਜਿਹੜਾ ਚੌਧਰੀ ਨਵਾਜ਼ ਦੇ ਵਾਪਸ ਨਹੀਂ ਹੋਇਆ ਬੜਾ ਪਿਆਰਾ ਸ਼ੇਰ ਆਵਾਜ਼ ਕੀਤੀ
ਕਿ ਕੋਈ ਐਸੀ ਗੱਲ ਜਾਂ ਐਸੇ ਮੂੰਹ ਤੋਂ ਅਲਫਾਜ਼ ਦਾ ਜ਼ਿਕਰ ਹੈ ਜਿਹੜਾ ਇਹਨਾਂ ਨੇ ਚਾਹੁੰਦੇ ਆਹ
Thank you.
ਕਿਸਮਤ ਕਰਕੇ ਰਸੀਦ ਸੀ ਮੈਨੂੰ 14 ਮਿੰਟ ਦਿਖਾਇਆ ਗਿਆ ਕਿ ਸਰਕਾਰ ਵਿੱਚ ਅੱਜ ਸੀਨਾ ਸਰਕਾਰ ਦਾ ਸਰਕਾਰ ਕਿਸੇ ਕਰਿਆ ਤੇਰਾ ਕਿੱਥੇ ਦਾ ਕਾਣਿਆ ਦਿੱਤਾ
ਤੇ ਬੜਾ ਪਿਆਰਾ ਇੱਕ ਸ਼ੇਰ ਯਾਦ ਆ ਗਿਆ, ਬੜੀ ਸਮਝ ਵਾਲੀ ਗੱਲ।